ਕਹਿੰਦੇ ਨੇ ਸਾਡਾ ਬੰਦਾ ਹੋ ਸਕਦਾ ਕੋਈ ਮਰ ਵੀ ਸਕਦਾ, ਕਿਉਂ ਇੰਨੀ ਗਰਮੀ ਸਵੇਰ ਦੀ, ਤੜਕੇ ਦੇ ਸਾਡੀ ਚਾਹ ਵੀ ਨਹੀਂ ਪੀਤੀ, ਰੋਟੀ ਵੀ ਨਹੀਂ ਖਾਧੀ, ਤੜਕੇ ਦੇ ਅਸੀਂ 9 ਵਜੇ ਗਏ, ਭੁੱਖੇ ਤੇ ਇਹ ਬੰਦਾ ਕੋਈ ਪਤਾ ਨਹੀਂ ਕਦੇ ਸਾਡੇ ਦੇਦਰੇ ਦੇ ਕਿਹੜੇ ਕਿਹੜੇ ਕਿਸਾਨ ਨੇ ਜੀ ਜਿਹੜੇ ਅਰੈਸਟ ਕੀਤੇ ਨੇ? ਇਹਦੇ ਇੱਕ ਦਾ ਗੁਰਵਿੰਦਰ ਸਿੰਘ ਦੇਦਰਾ ਦਾ, ਇੱਕ ਮੁੰਡਾ ਉਹਦੇ ਨਾਲ ਹੈ, ਦੋ ਮੁੰਡੇ ਨੇ। ਕੌਣ ਜ਼ਿੰਮੇਵਾਰ ਹੈ ਇਹਦਾ, ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਇੱਥੋਂ ਦਾ ਪ੍ਰਸ਼ਾਸਨ ਹੈ, ਜਿਹੜਾ ਪ੍ਰਸ਼ਾਸਨ ਸਾਨੂੰ ਰੋਕ ਰਿਹਾ, ਸਾਨੂੰ ਧੱਕੇ ਮਾਰ ਰਿਹਾ, ਉਹ ਪ੍ਰਸ਼ਾਸਨ ਸਾਡਾ ਜ਼ਿੰਮੇਵਾਰ ਹੈ। ਸਾਨੂੰ ਪਤਾ ਹੈ ਵੀ ਕਿਹੜੇ ਕਿਹੜੇ ਨੇ, ਪਰ ਉਹਨਾਂ ਦੇ ਮਨ ਦੀ ਕਾਰਵਾਈ ਕਰਨੀ ਚਾਹੀਦੀ। ਅਸੀਂ ਸੂਬੇ ਦੀ ਗੱਲ ਰੱਖਦੇ ਹਾਂ, ਜੇ ਸੂਬੇ ਨੇ ਹਾਂ ਕਰ ਲਈ, ਅਸੀਂ ਮਰ ਕੇ ਕਿੰਨੇ ਦਿਨ ਕਿੰਨੇ ਘੰਟੇ ਚੱਲ ਜਾਈਏ, ਪ੍ਰਸ਼ਾਸਨ ਸਾਡਾ ਲੰਬਾ ਵੀ ਚੱਲ ਸਕਦਾ। ਭਾਰਤੀ ਕਿਸਾਨ ਯੂਨੀਅਨ ਗਰਾਹਾਂ ਬਲਾਕ ਪ੍ਰਧਾਨ ਅਮਰੀਕ ਸਿੰਘ, ਜੋ ਕਿ ਅਸੀਂ ਸਵੇਰ ਦੇ ਤੁਹਾਨੂੰ ਪਤਾ ਹੀ ਹੈ ਵੀ ਇਸ ਮਹਾਰਾਣੀ ਵਾਲੇ ਮੈਂਟਰ 'ਤੇ ਵੀ ਸਾਡੇ ਸੰਯੁਕਤ ਮੋਰਚੇ ਕਿੰਨੀ ਔਕਾਲ ਹੈ, ਵੀ ਜਦ ਵੀ ਸਾਡੇ ਬਲਾਕਾਂ ਦੇ ਵਿੱਚ ਆਵੇ, ਸਾਡੇ ਪਿੰਡਾਂ ਦੇ ਵਿੱਚ ਆਵੇ, ਅਸੀਂ ਵਿਰੋਧ ਕਰਨਾ, ਵਿਰੋਧ ਕਰਾਂਗੇ। ਸਾਡੇ ਜਵਾਲਾਂ ਦਾ ਸਵਾਲਾਂ ਦਾ ਜਵਾਬ ਦੇਵੇ, ਜਦ ਮਰਜ਼ੀ ਜਾ ਸਕਦੀ ਹੈ, ਪਰ ਜਦ ਸਾਨੂੰ ਨਾ ਪੁਲਿਸ ਵਾਲੇ ਅੱਗੇ ਦਿੰਦੀ ਹੈ, ਨਾ ਸਾਡੇ ਜਵਾਬਾਂ ਸਵਾਲਾਂ ਦਾ ਜਵਾਬ ਦਿੰਦੀ ਹੈ। ਪੁਲਿਸ ਦਾ ਹੱਕ ਕੀ ਹੈ ਵੀ ਸਾਨੂੰ ਜਵਾਬ ਨਾ ਪੁੱਛੇ ਜਾਣ? ਸਾਨੂੰ ਸਮਾਂ ਕਹਿ ਸਕਦੀ ਹੈ ਪੁਲਿਸ ਵੀ ਆਹ ਭਾਈ ਤੁਸੀਂ 5 ਬੰਦੇ ਜਾਓ, ਇਹਨਾਂ ਤੋਂ ਜਵਾਬ ਸਵਾਲ ਪੁੱਛੋ, ਵਾਲੇ ਨਾ ਜਾਓ, 100 ਨਾ ਜਾਓ, 50 ਨਾ ਜਾਓ, ਤੁਸੀਂ 5 ਬੰਦੇ ਜਾ ਸਕਦੇ ਹੋ। ਪਰ ਪੁਲਿਸ ਕੀ ਕਰਦੀ ਹੈ, ਸਾਨੂੰ ਅੱਧਾ ਅੱਧਾ ਕਿਲੋਮੀਟਰ ਪਿੱਛੇ ਰੋਕ ਲੈਂਦੀ ਹੈ, ਕਿੱਥੇ ਨਾਲ ਵਾਲਾ ਮੋੜ, ਕਿੱਥੇ ਆਪਣਾ ਲੰਚ ਕਲੱਬ, ਕਿਲੋਮੀਟਰ ਦਾ ਫਰਕ ਪਿਆ ਸਾਨੂੰ ਉੱਥੇ ਲੱਗਦਾ। ਅੱਜ ਇੱਥੇ ਤੁਸੀਂ ਦੇਖ ਲਓ ਸਰਕਾਰੀ ਹਸਪਤਾਲ ਦੇ ਪਰਲੇ ਪਾਸੇ, ਇੱਥੇ ਦੁਕਾਨ ਦਾ ਘੱਟੋ ਘੱਟ 400 ਗਜ਼ ਦਾ ਫਾਸਲਾ 2 ਕਿਲਿਆਂ ਦੇ ਉੱਤੇ, ਉੱਥੇ ਜਾ ਕੇ ਸਾਨੂੰ ਵੱਡੀ ਤਾਰ 'ਤੇ ਇਹਨਾਂ ਨੇ ਰੱਸੀ ਲਾ ਲਈ। ਜਦ ਅਸੀਂ ਆਏ ਵੀ ਰੱਸੀ ਕਿਉਂ ਲਾਈ ਆ, ਅਸੀਂ ਤੜਕੇ ਦੇ ਭੁੱਖੇ 'ਤੇ ਅਸੀਂ ਘਰੇ ਜਾਣਾ ਆਪਦੇ, ਤੁਸੀਂ ਨਹੀਂ ਜਾ ਸਕਦੇ, ਤੁਸੀਂ ਇੱਥੇ ਹੀ ਰੁਕੋ ਜਿੰਨਾ ਚਿਰ ਮਹਾਰਾਣੀ ਉਰੇ ਚੌਲ ਖਾਂਦੀ ਹੈ, ਸਮੋਸੇ ਖਾਂਦੀ ਹੈ, ਪਰ ਤੁਸੀਂ ਘਰੇ ਨਹੀਂ ਜਾ ਸਕਦੇ। ਅਸੀਂ ਆਖਿਆ ਅਸੀਂ ਜਾਵਾਂਗੇ, ਧੱਕੇ ਨਾਲ ਜਾਵਾਂਗੇ, ਅਸੀਂ ਜ਼ਿਆਦਾ ਰੋਡ ਹੈ, ਜੇ ਤਾਂ ਕਿਸੇ ਕਿਸਾਨਾਂ ਨੇ ਰੋਡ ਰੋਕਿਆ ਅਸੀਂ ਨਹੀਂ ਜਾਂਦੇ, ਤੁਸੀਂ ਰੋਕਿਆ ਤਾਂ ਨਹੀਂ ਜਾਂਦੇ, ਤਾਂ ਤੁਸੀਂ ਜਾਣ ਕੇ ਪ੍ਰੋਜੈਕਟ ਕਰ ਰਹੇ ਹੋ, ਜਾਣ ਕੇ ਰੋਡ ਰੋਕ ਰਹੇ ਹੋ। ਸਾਡੇ 2 ਬੰਦੇ ਚੱਕੇ ਨੇ ਦੇਦਣਾ ਪਿੰਡ ਦੇ, ਪਰ ਜਿੰਨਾ ਚਿਰ ਉਹ ਬੰਦੇ ਛੱਡਦੇ ਨਹੀਂ, ਉਹਨਾਂ ਚਿਰ ਹੋ ਸਕਦਾ ਰੋਡ ਜਾਮ ਕਰਿਆ, ਕਿ ਥਾਣਾ ਬੰਦ ਵੀ ਕੀਤੇ ਸੀ। ਕੀ ਹੋਇਆ ਜੀ ਹੁਣ?